खबर पंजाब के जिला गुरदासपुर से। पंजाब में प्रतिदिन चोरी व लूटपाट की बढ़ रही गतिविधियां। ताज़ा मामला धारीवाल का है, जहां दिन दहाड़े एक दुकानदार से मोबाइल फोन छीनने की नाकाम कोशिश सीसीटीवी में हुई कैद और लूट में नाकाम अपराधी अपने साथियों के साथ मोटरसाइकिल पर भागते हुए भी सीसीटीवी फुटेज भी सामने आए। दुकानदार का कहना है कि पंजाब में कानून व्यवस्था की स्थिति डांवाडोल है, कोई सुरक्षित नहीं है। सुरक्षा व्यवस्था के मामले में पुलिस प्रशासन बुरी तरह फेल है। बटाला से दमन बाजवा की रिपोर्ट, आप देख रहे हैं BS लाइव न्यूज चैनल। खबर अच्छी लगे तो लाइक शेयर व सब्सक्राइब करना न भूले, धन्यवाद। ਆਪਣੇ ਇੱਥੇ ਬਾਹਰ ਕੇਅਰ ਡਾ ਕੇ ਤੇ ਮੈਂ ਬੈਠਾ ਦਾ ਸੀਗਾ ਤੇ ਮੈਂ ਫੋਨ ਦੇਖ ਰਿਹਾ ਸੀਗਾ ਤੇ ਇਧਰੋਂ ਇੱਕ ਨੌਜਵਾਨ ਮੁੰਡਾ ਆਇਆ ਵਾ, ਉਹਨੇ ਮੇਰਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਆ ਤੇ ਰੱਬ ਦਾ ਸ਼ੁਕਰ ਆ ਕਿ ਫੋਨ ਮੈਂ ਧਿਆਨ ਨਾਲ ਮਜ਼ਬੂਤੀ ਨਾਲ ਫੜਿਆ ਸੀਗਾ ਤੇ ਉਹਦੇ ਹੱਥ ਨਹੀਂ ਲੱਗਾ ਤੇ ਉਹਦਾ ਮੈਂ ਪਿੱਛਾ ਕੀਤਾ ਜੀ। ਜਦ ਮੈਂ ਪਿੱਛਾ ਕੀਤਾ ਦੋ ਅੱਗੇ ਮੋਟਰਸਾਈਕਲ ਤੇ ਉਹਦੇ ਹੀ ਸਾਥੀ ਸੀਗੇ, ਮੈਂ ਉਹਨਾਂ ਨੂੰ ਕਹੀ ਜਾਂਦਾ ਕਿ ਆਹ ਫੜਿਓ ਫੜਿਓ ਚੋਰ ਆ ਚੋਰ ਆ, ਪਰ ਜਦੋਂ ਉਹ ਲੱਗ ਗਏ ਤੇ ਉਹਨੂੰ ਫਟਾਫਟ ਮੋਟਰਸਾਈਕਲ ਤੇ ਭਾਲ ਕੇ ਲੈ ਗਏ ਆ ਜੀ। ਹਾਂਜੀ, ਫੋਨ ਬਚ ਗਿਆ ਜੀ, ਫੋਨ ਖੋਇਆ ਨਹੀਂ ਆ ਤੇ ਇਹਦੇ ਸੰਬੰਧ 'ਚ ਮੈਂ ਆਪਣੇ SHO ਧਾਰੀਵਾਲ ਸਰਦਾਰ ਸਰਬਜੀਤ ਸਿੰਘ ਉਹਨਾਂ ਨੂੰ ਮੈਂ ਫੋਨ ਕਰਤਾ ਸੀਗਾ, ਉਹਨਾਂ ਨੇ ਉਸੇ ਵੇਲੇ ਆਪਣੀ ਪੁਲਿਸ ਪਾਰਟੀ ਟੀਮ ਭੇਜੀ ਤੇ ਉਹ ਜਿਹੜੇ CCTV ਕੈਮਰੇ ਖੰਘਾ ਰਹੇ ਆ ਤੇ ਮੈਂ ਵੀ ਤੁਹਾਨੂੰ ਜਿਹੜੀ CCTV ਕੈਮਰੇ ਦੀ ਫੁਟੇਜ ਆ ਤੁਹਾਨੂੰ ਮੈਂ ਦੇ ਦਿੱਤੀ ਆ ਵੀ ਕਿਸ ਤਰ੍ਹਾਂ ਉਹ ਮੇਰੇ ਫੋਨ ਨੂੰ ਖੋਣ ਦੀ ਕੋਸ਼ਿਸ਼ ਕੀਤੀ ਆ ਤੇ ਕਿਸ ਤਰ੍ਹਾਂ ਉਹ ਭੱਜਿਆ ਵਾ, ਜੋ ਜਿੰਨੀ ਕੁ ਨਿਕਲੀ CCTV ਫੁਟੇਜ ਉਹ ਮੈਂ ਦੇ ਦਿੱਤੀ ਆ ਜੀ। ਮੰਗ ਮੈਂ ਇਹੋ ਹੀ ਕਰਦਾ ਜੀ, ਧਾਰੀਵਾਲ 'ਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਲੁੱਟ ਖੋਹ ਅਤੇ ਝਪਟ ਮਾਰ ਦੀਆਂ ਘਟਨਾਵਾਂ ਹੋ ਰਹੀਆਂ ਵਾ ਅਤੇ ਇਹਨਾਂ 'ਤੇ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਵਰਤਣੀ ਚਾਹੀਦੀ ਆ, ਕਿਉਂਕਿ ਲੋਕ ਜਿਹੜੇ ਆ ਆਪਣੇ ਆਪ ਨੂੰ ਮਤਲਬ ਵੀ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਅਤੇ ਸਹਿਮਿਆ ਮਹਿਸੂਸ ਕਰ ਰਹੇ ਆ, ਨਿਕਲਣਾ ਬੜਾ ਔਖਾ ਜੇ ਬਾਹਰ। ਮੈਂ ਮਾਨਯੋਗ SSP ਕੋਲ ਵੀ ਇਹੋ ਹੀ ਮੰਗ ਕਰਦਾ ਜੀ ਵੀ ਇਹ ਜਿਹੜੇ ਆ ਇੱਦਾਂ ਦੇ ਜਿਹੜੇ ਮਾੜੇ ਅੰਸਰ ਆ ਇਹਨਾਂ ਤੋਂ ਸਖਤੀ ਨਾਲ ਨਜਿੱਠਿਆ ਜਾਵੇ ਅਤੇ ਇਹਨਾਂ 'ਤੇ ਕਾਰਵਾਈ ਕੀਤੀ।